ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਐਸਕੇ ਬੈਂਸ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਖਬਰ। ਵਿਕਰਮਜੀਤ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕਾਂਗਰਸ ਤੇ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਾ ਨੇ ਕਿਹਾ ਹੈ ਕਿ ਕਿਸੇ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਅਕਾਲੀਆਂ ਨੂੰ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਦਲਿਤ ਵਿਰੋਧੀ ਰਿਹਾ ਹੈ। ਸੰਗਰੂਰ ਦੇ ਲਹਿਰਾਗਾਗਾ ਵਿੱਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਵੱਡੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਅਕਾਲੀ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕਾਂਗਰਸ ਸਰਕਾਰ ਤੇ ਲਗਾਏ ਗਏ ਇਲਜ਼ਾਮਾਂ ਦਾ ਠੋਕਵਾਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ ਹੈ ਜਿਸ ਦਾ ਖਮਿਆਜ਼ਾ ਅੱਜ ਪੂਰਾ ਪੰਜਾਬ ਭੁਗਤ ਰਿਹਾ ਹੈ। ਇੰਨਾ ਹੀ ਨਹੀਂ, ਭੱਠਲ ਨੇ ਅਕਾਲੀ ਦਲ ਨੂੰ ਹੋਰ ਵੀ ਕਈ ਖਰੀਆਂ ਖੋਟੀਆਂ ਸੁਣਾਈਆਂ। ਦੱਸ ਦਈਏ ਕਿ ਮਜੀਠੀਆ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰ ਅਕਾਲੀ ਦਲ ਦੇ ਸਰਪੰਚ ਦੇ ਕਤਲ ਦੇ ਦੋਸ਼ ਸੁਖਜਿੰਦਰ ਸਿੰਘ ਰੰਧਾਵਾ ਤੇ ਲਗਾਏ ਸਨ ਅਤੇ ਢੀਂਡਸਾ ਨੇ ਕਿਹਾ ਸੀ ਕਿ ਸੰਗਰੂਰ ਦੇ ਚੰਗਾਲੀ ਵਾਲਾ ਪਿੰਡ ਦੇ ਦਲਿਤ ਜਗਮੇਲ ਸਿੰਘ ਦੀ ਮੌਤ ਪਿੰਡ ਦੇ ਹਾਕਮ ਆਗੂਆਂ ਦੀ ਸ਼ੈ ਹੈ। ਕੱਲ ਇੱਕ ਮਜੀਠੀਏ ਤੇ ਢੀਂਡਸੇ ਨੇ ਸ਼ਰਤ ਮਿਲਿਆ, ਆਈ ਜੀ ਨੂੰ ਮਿਲਿਆ ਜਾਂ ਡੀ ਜੀ ਨੂੰ ਮਿਲਿਆ ਜਾਂ ਕਿਹਨੂੰ ਮਿਲਿਆ ਹੈਗਾ, ਕੋਈ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਤੋਂ ਬਾਅਦ ਸਾਡੀ ਸਰਕਾਰ 'ਤੇ ਤੁਹਮਤਾਂ ਲਾਈਆਂ ਅਤੇ ਕਈ ਇਲਜ਼ਾਮ ਲਾਏ, ਆਹ ਦੋ ਕੇਸਾਂ ਦਾ ਮੈਂਸ਼ਨ ਵੀ ਕੀਤਾ ਉਹਨਾਂ। ਮੈਂ ਇਹਨੂੰ ਸੁਣ ਕੇ, ਮੇਰੇ ਕੋਲ ਇੱਕ ਵੀਡੀਓ ਭੇਜੀ ਕਿਸੇ ਨੇ, ਹੈਰਾਨਗੀ ਹੋਈ ਅਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਉਹਦੇ ਮੰਜੇ ਥੱਲੇ ਸੋਟਾ ਫੇਰੋ। ਇਲਜ਼ਾਮ ਲਾਉਣ ਤੋਂ ਪਹਿਲਾਂ ਤੁਸੀਂ ਜਿਵੇਂ ਕਹਿੰਦੇ ਸ਼ੀਸ਼ੇ ਦੇ ਮਹਿਲ 'ਚ ਬੈਠ ਕੇ ਪੱਥਰ ਹੋਰਾਂ 'ਤੇ ਮਾਰੋ ਅਤੇ ਪਹਿਲਾਂ ਆਪਣੇ ਆਪ ਵੱਲ ਦੇਖੋ ਕੀ ਕੁਛ ਕੀਤਾ ਤੁਸੀਂ। ਅਕਾਲੀ ਦਲ ਨੂੰ ਤਾਂ ਹੱਕ ਹੀ ਨਹੀਂ ਅਜੇ ਗੱਲਾਂ ਕਰਨ ਦਾ। ਅਕਾਲੀ ਦਲ ਦੀ ਸਰਕਾਰ ਦੇ ਸਮੇਂ 'ਚ ਦੋ ਐਡੇ ਵੱਡੇ ਇੰਸੀਡੈਂਟ ਹੋਏ ਸੀ ਦਲਿਤ ਪਰਿਵਾਰਾਂ ਨਾਲ। ਇੱਕ ਹੋਇਆ ਸੀ ਪੱਕਾ ਕਲਾਂ ਬਠਿੰਡੇ 'ਚ, ਜਿਹਦੇ 'ਚ ਉਹ ਸਾਰਾ ਦਲਿਤ ਪਰਿਵਾਰ ਬੱਚਿਆਂ ਸਮੇਤ 4-5 ਮੈਂਬਰ ਸੀਗੇ, ਉਹਦੀ ਪਤਨੀ ਵੀ ਉਹ ਸਾਰੇ ਸੀ, ਉਹਨਾਂ ਨੇ ਕੁੱਪ 'ਚ ਆਪਦੇ ਆਪ ਨੂੰ ਕਰਕੇ ਅੱਗ ਲਾ ਕੇ ਬੱਚੇ ਸੀ। ਇਹਨਾਂ ਦੇ ਅਕਾਲੀ ਦਲ ਦੀ ਸਰਕਾਰ ਦੇ ਸਤਾਏ ਹੋਏ ਲੋਕ, ਇਹ ਸਰਕਾਰ ਗੁੰਗੀ ਬਣ ਕੇ ਬੈਠੀ ਰਹੀ, ਇਹ ਸਾਰੀ ਮੰਤਰੀ ਸੀ ਉਹਦੇ ਵਿੱਚ। ਦੂਜਾ ਇੰਸੀਡੈਂਟ ਵਾਪਰਿਆ ਸੀ ਮੋਗੇ ਦੇ ਵਿੱਚ, ਮੋਗੇ ਵਿੱਚ ਵੀ ਇਹੀ ਦਲਿਤ ਪਰਿਵਾਰ ਜਿਨ੍ਹਾਂ ਨੂੰ ਵਾਰ ਵਾਰ ਉਹਨੇ ਬਿਆਨ ਦਿੱਤੇ ਅਖਬਾਰਾਂ 'ਚ ਕਿ ਸਾਨੂੰ ਟੋਰਚਰ ਜਿਉਣਾ ਔਖਾ ਕੀਤਾ, ਆਹ ਕੀਤਾ, ਉਹ ਆਪਦੇ ਬੱਚਿਆਂ ਸਮੇਤ, ਹਰ ਉਹਦੀ ਵਾਈਫ ਵੀ ਪ੍ਰੈਗਨੈਂਟ ਸੀ, ਉਸ ਸਿਚੁਏਸ਼ਨ ਦੇ ਵਿੱਚ 2-3 ਬੱਚਿਆਂ ਨੂੰ ਨਾਲ ਲੈ ਕੇ ਰੇਲ 'ਤੇ ਆਪਣੇ ਆਪ ਨੂੰ ਟੁਕੜੇ ਟੁਕੜੇ ਹੋਏ ਸੀਗੇ। ਇਹ ਦੋ ਵੱਡੇ ਇੰਸੀਡੈਂਟ ਅਕਾਲੀ ਦਲ ਦੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਖੋਲਦੇ, ਉਹਦਾ ਜਵਾਬ ਦੇਣ ਪਹਿਲਾਂ ਇਹ ਸਾਡੇ ਦੂਜੇ ਪਾਸੇ ਹਮਦਰਦੀ ਕਰਨ ਨਾਲੋਂ ਸੱਚੀ ਹਮਦਰਦੀ ਤਾਂ ਹੈ ਹੀ ਨਹੀਂ ਇਹਨਾਂ ਦੇ ਕੋਲ। ਕਿਸੇ ਪਾਸੇ ਜੇ ਸੱਚੀ ਹਮਦਰਦੀ ਇਹ ਚਾਹੁੰਦੇ ਕਰਨਾ ਤਾਂ ਦੱਸੋ ਕਿ ਤੁਹਾਡੇ ਸਮੇਂ 'ਚ ਆਹ ਇੰਸੀਡੈਂਟ ਵਾਪਰੇ। ਤੀਜਾ ਇੰਸੀਡੈਂਟ ਜਿਹੜਾ ਬਰਗਾੜੀ 'ਤੇ ਉੱਥੇ ਹੋਇਆ ਬਹਿਬਲ ਕਲਾਂ, ਜਿਹੜੇ ਵਿਚਾਰੇ ਨਿਹੱਥੇ ਬੈਠੇ ਹੈ, ਜਿਹੜੇ ਰੱਬ ਦਾ ਨਾਂ ਲੈ ਰਹੇ ਹੈ, ਉਹਨਾਂ ਨੂੰ ਛਲਨੀ ਛਲਨੀ ਕਰਤਾ ਗੋਲੀਆਂ ਚਲਾ ਕੇ, ਇਹ ਸਰਕਾਰ 'ਚ ਘੁੰਗੜੀਆਂ ਪਾ ਕੇ ਬੈਠੇ ਰਹੇ। ਦਿੱਤਾ ਅਸਤੀਫਾ ਕਿਸੇ ਨੇ? ਚਾਹੇ ਉਹ ਪਰਮਿੰਦਰ ਢੀਂਡਸਾ ਸੀ, ਹੋਰ ਦਿੱਤਾ ਅਸਤੀਫਾ ਕਿਸੇ ਨੇ? ਔਰ ਮੈਨੂੰ ਹੈਰਾਨਗੀ ਹੈ, ਪਰਮਿੰਦਰ ਢੀਂਡਸਾ ਚੁੰਗਲ ਕਰਕੇ ਕਹਿ ਰਹੇ ਸੀ ਫਲਾਨਾ ਛੱਡਿਆ ਵੈ, ਸਾਡੇ ਕਿਸੇ ਹੈਨਰੀ ਦਾ ਕਿਸੇ ਨਾਂ ਲੈਂਦਾ ਸੀ, ਛੱਡਿਆ ਵਾ ਕਿਉਂ? ਤਾਂ ਪਿੰਡ ਹੈ ਇੱਥੇ, ਛੱਡਿਆ ਵਾ ਸੀਗਾ ਚੈਰੀ, ਇੱਥੇ ਜਿਹੜਾ ਇਹਦੀ ਸਕੀ ਮਾਸੀ ਦਾ ਮੁੰਡਾ ਸੀ, ਚੈਰੀ ਛੱਡਿਆ ਵਾ ਸੀ, ਜਿਹਨੇ ਉਹ ਕਤਲ ਵੀ ਉਹ ਮੁੰਡੇ ਦਾ, ਕੱਲੀਆਂ ਭੈਣਾਂ ਦਾ ਭਰਾ ਸੀ, ਉਹ ਬੁਲਟ ਜ਼ਮੀਨਦਾਰ ਵਾਲਾ ਸੀਗਾ, ਉਹਨੂੰ ਕਿਸ ਤਰ੍ਹਾਂ ਬੇਰਹਿਮੀ ਨਾਲ ਮਾਰਿਆ ਸੀ। ਉਹ ਚੈਰੀ ਜਿਹੜਾ ਇੱਥੇ ਉਦਘਾਟਨ ਕਰਦਾ ਸੀ, ਪੈਸੇ ਵੰਡਦਾ ਸੀ, ਚੈੱਕ ਵੰਡਦਾ ਸੀ, ਮੀਟਿੰਗਾਂ ਕਰਦਾ ਸੀ, ਸਾਰੀ ਉਹਨੂੰ MLA ਦੀ ਪਾਵਰ ਦੇ ਰੱਖੀ ਸੀ ਇਹਨਾਂ ਨੇ। ਇਹ ਸਰਕਾਰ ਵਿੱਚ ਬੈਠੇ ਹੋਏ ਉਹ ਛੱਡਿਆ ਦੀ ਮਾਸੀ ਦਾ ਮੁੰਡਾ ਲਿਆ ਕੇ ਇੱਥੇ, ਜਿਹਨੇ ਇਹੋ ਜਿਹਾ ਕੁਛ ਕੀਤਾ, ਔਰ ਜਿਹਦੇ ਬਾਰੇ ਜਿਹੜਾ ਇੱਕ ਗੈਂਗਸਟਰ ਹੈ, ਕੀ ਉਹਦਾ ਨਾਂ ਸੀ ਉਸ ਵੇਲੇ, ਰਵੀ ਦਿਓਲ, ਉਹਨੇ ਸਟੇਟਮੈਂਟ ਦਿੱਤੀ ਕਿ ਮੈਨੂੰ ਜਿਹੜਾ ਗੈਂਗਸਟਰ ਬਣਾਉਣ ਵਾਲਾ ਹੈਗਾ ਉਹ ਇਹ ਚੈਰੀ ਹੈ, ਜਿਹੜਾ ਪਰਮਿੰਦਰ ਸਿੰਘ ਢੀਂਡਸੇ ਦੀ ਸਕੀ ਮਾਸੀ ਦਾ ਸਕਾ ਮੁੰਡਾ, ਜਿਹਨੂੰ ਉੱਥੇ ਛੱਡਿਆ ਵਾ ਸੀ ਇਹਨਾਂ ਨੇ। ਇਹਦੇ ਇਹੋ ਜਿਹੇ ਜ਼ੁਲਮ ਇੱਥੇ ਕਰਾਉਣ ਵਾਲੇ ਲੋਕਾਂ ਨੂੰ ਕਿਸੇ ਹੋਰ ਵੱਲ ਝੂਠੀਆਂ ਉਂਗਲਾਂ ਕਰਨ ਦੀ ਲੋੜ ਹੈ? ਕਰ ਸਕਦੇ ਨੇ ਆਪਦੇ ਆਪਣੇ ਮੰਜੇ ਥੱਲੇ ਸੁੱਟੀ ਫੇਰਨ ਪਹਿਲਾਂ ਆ ਕੇ? ਇਹ ਜਿਹੜੀ ਪੋਲੀਟੀਕਲ ਲੜਾਈ ਜੇ ਸਮਝਦੇ ਆ ਕਿ ਲੜਨੀ, ਸਾਡੇ ਨਾਲ ਪਲੇਟਫਾਰਮਾਂ 'ਤੇ ਲੜਨਾ, ਅਸੀਂ ਦੱਸੀਏ ਨਾ ਕੱਚੇ ਚਿੱਟੇ ਬੋਲ ਕੇ, ਹੋਰ ਵੀ ਬਹੁਤ ਸਾਰੇ। ਲੇਕਿਨ ਜੇ ਸਮਝਦੇ ਨੇ ਕਿ ਅਸੀਂ ਇਹੋ ਜਿਹੀਆਂ ਬਰਗਾੜੀ ਵਾਲੇ ਕਿੰਡਾਂ 'ਚ ਧੱਕਾ ਕਰ ਲਿਆ, ਇੱਥੇ ਕਰ ਲਿਆ, ਉੱਥੇ ਕਰ ਲਿਆ, ਅਤੇ ਅਸੀਂ ਅੱਜ ਸਿਆਸੀ ਪੌੜੀਆਂ ਉੱਤੇ ਝੂਠੀ ਤੁਮਤਬਾਜ਼ੀ ਲਾ ਕੇ ਅਸੀਂ ਫਿਰ ਆਪਣਾ ਪੋਲੀਟੀਕਲੀ ਜਾਂਦੇ ਹੋਵਾਂ, ਸਰਵਾਈਵਲ ਹੋਵਾਂਗੇ, ਉਹ ਲੋਕਾਂ ਨੂੰ ਰਿਜੈਕਟ ਕਰ ਚੁੱਕੇ ਨੇ, ਭੁੱਲ ਜਾਣ, ਇਹਨੂੰ ਤਾਂ ਓਪੋਜੀਸ਼ਨ 'ਚ ਨਹੀਂ ਲਿਆ ਲੋਕਾਂ ਨੇ, ਇਹ ਭੁੱਲ ਜਾਣ, ਇਹਨੇ ਸਰਕਾਰ ਆਉਂਦੀ ਨਹੀਂ, ਟੁਕੜਿਆਂ 'ਚ ਵੰਡੀ ਜਾਣ ਵਾਲੀ ਅਕਾਲੀ ਦਲ ਦੀ ਪਾਰਟੀ। ਲੇਕਿਨ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਚਿੱਟਾ ਆਇਆ, ਇਹਦੇ ਸਮੇਂ 'ਚ ਆਇਆ, ਇਹ ਕਹਿੰਦੇ ਆ ਕਾਂਗਰਸ ਸਰਕਾਰ, ਅਕਾਲੀ ਸਰਕਾਰ, ਫਲਾਨੀ ਸਰਕਾਰ, ਚਿੱਟਾ ਦੀ ਇੰਟਰੋਡਕਸ਼ਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਉਦੋਂ ਹੀ ਸਾਰਾ ਕੁਛ ਇਹ ਸਾਰੇ ਲੋਕ ਸਾਡੇ ਚਿੱਟੇ ਦਾ ਪ੍ਰਭਾਵ ਚੱਲੀ, ਜਿਹਨੂੰ ਅੱਜ ਤੱਕ ਖਤਮ ਕਰਦੇ ਕਰਦੇ ਅਸੀਂ ਵੀ ਅਜੇ ਜ਼ੋਰ ਲਾ ਰਹੇ ਹਾਂ, ਪੂਰੀ ਤਰ੍ਹਾਂ ਖਤਮ ਨਹੀਂ ਅਜੇ ਕਰ ਸਕੇ, ਲੱਗੇ ਹੋਏ ਹਾਂ ਅਸੀਂ, ਇੰਨਾ ਫਲਾਤਾ ਇਹਨਾਂ ਨੇ, ਇੰਨਾ ਪਾਪੂਲਰ ਕਰਤਾ ਇਹਨਾਂ ਨੇ। ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਸਮੇਂ 'ਚ ਹੀ ਆ ਗੈਂਗਸਟਰ ਜਿਹੜਾ ਹੈਗਾ, ਗੈਂਗਸਟਰ ਕਲਚਰ ਅਕਾਲੀ ਦਲ ਦੇ ਸਮੇਂ 'ਚ ਆਇਆ।
ਹਰ ਮਾੜੇ ਕੰਮ, ਹਰ ਜ਼ੁਲਮ ਦਾ ਕੰਮ, ਧਰਮ ਦਾ ਨਾਂ ਵਰਤਣਾ, ਧਰਮ ਦਾ ਨਾਂ ਇਸਤੇਮਾਲ ਕਰਨਾ, ਸਿਆਸੀ ਰੋਟੀਆਂ ਸੇਕਣਾ, ਇਹਨਾਂ ਦੀ ਫਿਤਰਤ ਹੈ। ਇਸ ਕਰਕੇ ਅੱਜ ਰੱਬ ਨੇ ਇਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਵੀ ਹੈ ਅਤੇ ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦੀ ਹਾਂ ਕਿ ਅੱਗੇ ਤੋਂ ਸੋਚ ਸਮਝ ਕੇ ਕਿਸੇ ਥਾਂ ਤੋਂ ਬੁਲਠਾਉਣ। ਸਾਡਾ ਜੇ ਤੱਕਰ ਪਰਿਵਾਰ ਦੀ ਗੱਲ ਹੈਗੀ ਹੈ, 70-60 ਸਾਲਾਂ ਦੇ ਅਸੀਂ ਇੱਥੇ ਰਹਿੰਦੇ, ਠੀਕ ਹੈ, ਚੰਗਾਲੀ ਵਾਲਾ ਸਾਡਾ ਪਿਛਲਾ ਪਿੰਡ ਹੈ, ਅਸੀਂ ਇੱਥੇ ਰਹਿੰਦੇ ਹਾਂ ਲਹਿਰੇ ਗਾਕੇ ਦੇ ਵਿੱਚ, ਚੰਡੀਗੜ੍ਹ ਜਾਂ ਆਹ ਮੈਂ ਹੁਣ ਇਸ ਥਾਂ 'ਤੇ ਬਣਾਈ ਹੈ। ਔਰ ਮੈਂ ਅਤੇ ਮੇਰੇ ਪਰਿਵਾਰ ਦਾ ਖੂਨ ਇਸ ਗੱਲ ਦੀ ਗਵਾਹੀ ਭਰਦਾ ਕਿ ਅਸੀਂ ਹਮੇਸ਼ਾ ਬੇਇਨਸਾਫੀ ਦੇ ਖਿਲਾਫ਼ ਲੜੇ ਹਾਂ ਔਰ ਹਮੇਸ਼ਾ ਅਸੀਂ ਗਰੀਬ ਦੇ ਨਾਲ ਖੜ੍ਹੇ ਹਾਂ, ਅਸੀਂ ਹਮੇਸ਼ਾ ਮਦਦ ਕੀਤੀ ਹੈ ਅਤੇ ਕਰਦੇ ਰਹਾਂਗੇ। ਇਸ ਲਈ ਇਹ ਜਿਹੜੇ ਉਹ ਨਾ ਚੱਲੀ ਬਾਬਾ ਧਿਆਈ ਵਾਲੀ ਗੱਲ ਮੰਗੂ ਕਿ ਇਹੋ ਜਿਹਾ ਤੁਹਾਡਾ 2 ਸਾਲ ਹੀ ਹੋਏ ਨੇ, ਤੁਹਾਡੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ, ਕਿਵੇਂ ਤੁਹਾਡੇ ਸਮਿਆਂ ਦੇ ਵਿੱਚ ਵਿਚਾਰੇ ਦਲਿਤ ਪਰਿਵਾਰਾਂ ਨੂੰ ਮਾਰੇ, ਪੂਰੇ ਦੇ ਪੂਰੇ ਟੱਬਰ ਮਰੇ, ਕੀ ਕੀਤਾ ਇਹਨਾਂ ਨੇ ਦੱਸਣਾ ਕੀ? ਇਸ ਲਈ ਝੂਠੀ ਹਮਦਰਦੀ ਕਰਕੇ, ਝੂਠੇ ਹੰਝੂ ਬਹਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ, ਇਹਨਾਂ ਨੂੰ ਗੁੰਮਰਾਹ ਕਰਨ ਦੀ ਆਦਤ ਹੈ ਕਾਂਗਰਸ ਵੱਲ ਉਂਗਲਾਂ ਉਠਾਉਣ ਤੋਂ ਜਾਂ ਕਾਂਗਰਸ ਸਰਕਾਰ ਮਾੜੀ ਕਰਨ ਤੋਂ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਗੁਰੇਜ਼ ਕਰਨ। ਇਹਨਾਂ ਗੱਲਾਂ ਦਾ ਜਵਾਬ ਦੇਣ ਪਹਿਲਾਂ ਕਿ ਚੈਰੀ ਇਹਨਾਂ ਦਾ ਕੀ ਲੱਗਦਾ ਸੀ ਅਤੇ ਇੱਥੇ ਕਿਉਂ ਛੱਡਿਆ ਹੋਇਆ ਸੀ, ਇਹਨਾਂ ਗ੍ਰਹਾਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਕੀ ਸਜ਼ਾ ਦਵਾਈ, ਇਹ ਜਵਾਬ ਦੇਣ ਇਸ ਗੱਲ ਦਾ ਕਿ ਉਹ ਦੋ ਇੰਸੀਡੈਂਟ ਮੋਗੇ ਵਾਲਾ ਅਤੇ ਇੱਥੇ ਵਾਲਾ, ਉਹਦੇ ਵਿੱਚ ਇਹਨਾਂ ਨੇ ਕੀ ਸਜ਼ਾ ਦਵਾਈ ਜਾਂ ਕੀ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਇਹਨਾਂ ਦੀ। ਔਰ ਇਹ ਜਵਾਬ ਦੇਣ ਕਿ ਜੋ ਵੀ ਵਰਗਾਲੀ ਹੋਇਆ, ਸਾਰਾ ਕੁਛ ਹੋਇਆ, ਉਹਦੇ ਵਿੱਚ ਜੇ ਇਹਨਾਂ ਨੂੰ ਸੱਚੀ ਵੱਲ ਦਿਲ ਤੋਂ ਹਮਦਰਦੀ ਸੀ ਜਾਂ ਸਮਝਦੇ ਸੀ, ਕਿਉਂ ਨਹੀਂ ਰਿਜ਼ਾਈਨ ਦਿੱਤਾ, ਕਿਉਂ ਮਿਨਿਸਟਰ ਬਣ ਕੇ ਬੈਠੇ ਰਹੇ, ਵੱਡੇ ਮਹਿਕਮੇ ਨਾਲ ਪਿਆਰ ਸੀ ਜਾਂ ਧਰਮ ਨਾਲ ਪਿਆਰ ਸੀ? ਇਹਨਾਂ ਗੱਲਾਂ ਦਾ ਜਵਾਬ ਦੇਣ, ਫਿਰ ਕਾਂਗਰਸ ਵੱਲ ਉਂਗਲ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਭੱਠਲ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਅਕਾਲੀ ਦਲ ਕੀ ਜਵਾਬ ਦਿੰਦੀ ਹੈ। ਸੰਗਰੂਰ ਤੋਂ ਗਗਨਦੀਪ ਸਿੰਘ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।